बिस्मिल्लाहिर्रहमानिर्रहीम, अस्सलाम वालेकुम तमाम दोस्त अहबाब को फार्मिंग गाइड में खुश आमदीद। नाज़रीन, भैंसों के एक और ज़बरदस्त फार्म पर आपको लेकर आए हैं। आज आपको बेहतरीन नस्ल की भैंसें और दूध देने वाली भैंसों का तारफ करवाएंगे। इस फार्म पर जानवरों की खिदमत क्या की जा रही है, कौन सा बंडा कौन सा चारा डाला जा रहा है, जानवरों के अमराज के ऊपर भी बहस करेंगे, जानवरों के बच्चों की मोर्टेलिटी की वजूहत और उसका इलाज ढूंढने की कोशिश करेंगे। यकीनन ये वीडियो आपके लिए बहुत ज़्यादा कीमती है, तो वीडियो मिस मत कीजिए, वीडियो को पूरा देखें। अगर आप हमारे चैनल पर नए हैं तो हमारे चैनल को सब्सक्राइब करके बेल आइकन दबा लें। अगर फेसबुक पर हैं तो हमारे पेज को लाइक करें, वीडियो को शेयर ज़रूर किया करें ताकि दूसरों तक भी पहुँच सके। तो चलिए जी शुरू करते हैं। अस्सलाम वालेकुम। वालेकुम सलाम जी। चाचू जी की हाल है तुम्हारा? अल्लाह की रहमत जनाब तुम सब। ते चाचू जी तुम्हारा नाम की है? मेरा नाम मोहम्मद सफदर जी। ते चाचू जी केड़ा पिंड है भला? चूर। चूर जिला सियालकोट। हाँ जी। ते ऐ दसो के ऐ मज्जां दा कारोबार है, कितने साल हो गए तुहानू करदे आ? ऐ हो गए ना 4-5 साल करदे आ। ठीक है। ते ऐ जिहड़ियां मज्जां ने जी, ये किहड़ी नस्ल दियां लैके आए हो? ये चीजां बदरियां होंदियां ने, साहीवालां चीजां बदरियां। ठीक है। ਕਿੰਨੀਆਂ ਮੱਝਾਂ ਇੱਕ ਫੇਰੇ 'ਚ ਲੈ ਕੇ ਆਏ ਹੋ? ਇਹ 6 ਮੱਝਾਂ ਲੱਗ ਗਈਆਂ, ਹੋ ਗਏ 4-5 ਮਹੀਨੇ। ਹੁਣ ਟੋਟਲ ਕਿੰਨੀਆਂ ਨੇ? ਟੋਟਲ ਹੈ ਨਾ 20। ਠੀਕ ਹੈ। ਦੁੱਧ ਦੇਣ ਵਾਲੇ ਕਿੰਨੇ? ਦੁੱਧ ਦੇਣ ਵਾਲੇ 16। 16 ਜੀ। ਅਤੇ ਰੋਜ਼ਾਨਾ ਕਿੰਨਾ ਦੁੱਧ ਮਿਲ ਜਾਂਦਾ ਤੁਹਾਨੂੰ? 2.5 ਮਨ। 2.5 ਮਨ? ਹਾਂਜੀ। ਸੁਬਹ ਔਰ ਸ਼ਾਮ ਪਲੱਸ? ਜੀ ਜੀ। ਜਾਂ ਇੱਕ ਇੱਕ ਟਾਈਮ? ਨਹੀਂ, 2 ਟਾਈਮ। 2.5 ਮਨ ਮਾਸ਼ਾਅੱਲਾ, ਯਾਨੀ ਕਿ 100 ਕਿਲੋ? ਜੀ ਜੀ। ਸਰ ਕੀ ਰੇਟ ਮਿਲਦਾ ਤੁਹਾਨੂੰ ਇੱਥੇ? 100 ਰੁਪਇਆ। ਦੁੱਧ ਹੀ ਲੈ ਕੇ ਜਾਂਦਾ ਜਾਂ ਆਪੇ ਦਿੰਦੇ? ਦੁੱਧ ਹੀ ਲੈ ਕੇ ਜਾਂਦਾ। ਦੁੱਧ 100 ਰੁਪਏ ਰੇਟ ਦੇ ਜਾਂਦਾ? ਜੀ ਮਾਸ਼ਾਅੱਲਾ। ਘਰਾਂ ਵਾਲੇ ਵੀ ਖੜ ਜਾਂਦੇ? ਅੱਛਾ। ਹਾਂਜੀ। ਅਤੇ ਚਾਚੂ ਜੀ ਤੁਹਾਨੂੰ ਜਿਹੜੀ ਮੱਝਾਂ ਤੁਸੀਂ ਲੈ ਕੇ ਆਉਂਦੇ ਹੋ ਉੱਥੋਂ ਚੀਚਾਵਤਨੀ ਤੋਂ, ਉਸ ਤੋਂ ਇੱਕ ਮੱਝ ਕਿੰਨੀ ਦੀ ਪੈ ਜਾਂਦੀ? ਉਹ ਤਾਂ ਪੈ ਜਾਂਦੀ ਕੋਈ 2.5 ਲੱਖ ਦੀ। 2.5 ਲੱਖ ਦੀ ਆਉਂਦਾ ਇੱਥੇ ਪਹੁੰਚ? ਅੱਛਾ ਜੀ। ਅਤੇ ਤੁਹਾਡੀਆਂ ਜ਼ਿਆਦਾਤਰ ਮੱਝਾਂ ਤਾਜ਼ੀਆਂ ਨੇ, ਇਹਦੇ ਵਿੱਚ ਕੀ ਰਾਜ਼ ਹੈ? ਇਹ ਕੁਛ ਸੇਵਾ ਤਾਂ ਮਾਲ ਸ਼ਾਲ ਪਾਈਦਾ ਪਿਆ, ਵੰਡਾ ਛੰਡਾ। ਅੱਛਾ। ਅਤੇ ਰੋਤੇ ਡੰਗਰਾਂ ਦੇ, ਬਾਈ ਡੰਗਰ ਜਾ ਕੇ ਵੇਖੋ ਰੋਤੀ ਕੋਨੇ, ਝੋਟੀਆਂ ਨਾਲ ਨਵਾਂ ਦੰਦ ਨੇ ਜ਼ਬਰਦਸਤ। ਹਾਂਜੀ। ਅੱਛਾ, ਪਹਿਲੇ ਸੋਵੇ ਝੋਟੀਆਂ ਨੇ। ਅੱਛਾ, ਮੈਂ ਪੁੱਛ ਰਿਹਾ ਵਾਂ ਕਿ ਤੁਹਾਡੀਆਂ ਜ਼ਿਆਦਾਤਰ ਮੱਝਾਂ ਦੁੱਧ ਦੇ ਰਹੀਆਂ ਨੇ, ਕਿਆ ਤੁਸੀਂ ਡੰਗਰ ਲੈਂਦੇ ਦਿੰਦੇ ਰਹਿੰਦੇ ਹੋ? ਨਹੀਂ ਜਨਾਬ। ਹਾਂਜੀ, ਸਿਰਫ ਲਈਦੇ ਨੇ, ਦੇਈਦੇ ਨੇ। ਜਦੋਂ ਮਤਲਬ ਕਿ ਸੁਬਾਹ ਹੋ ਜਾਂਦਾ? ਹਾਂਜੀ। ਖੰਗੜਾ ਵੀ ਕਰਦੇ ਹੋ? ਨਹੀਂ ਵੇਚਦੇ। ਨਹੀਂ ਵੇਚਦੇ? ਹੁਣ ਤਿਆਰ ਕਰਨਾ? ਹੁਣ 20 ਦੇ ਵਿੱਚ 16 ਦੁੱਧ ਦੇ ਰਹੀਆਂ ਨੇ। ਹਾਂਜੀ। ਅਤੇ 4 ਨੇ ਵੇਲੀਆਂ? ਠੀਕ ਹੈ। ਸਾਨੂੰ ਇੱਕ ਟਾਈਮ ਆ ਜਾਣਾ ਕਿ 16 ਫਿਰ ਸੁੱਕ ਜਾਣੀ ਅਤੇ 4 ਦੁੱਧ ਦੇਣ ਦੀਆਂ? ਆਪਾਂ ਫਿਰ ਤਾਜ਼ੀਆਂ ਪਾਲਾਂਗੇ, ਇਹ ਰਹਿਣਗੀਆਂ। ਇਹ ਰਹਿਣਗੀਆਂ? ਵਧਾਈ ਜਾ ਉਹਦੇ। ਵਧਾਈ ਜਾਣੀਆਂ। ਯਾਨੀ ਜਦੋਂ ਦਾ ਤੁਸੀਂ ਕਾਰੋਬਾਰ ਸ਼ੁਰੂ ਕੀਤਾ ਤੁਸੀਂ ਵਧਾਉਣ ਦੇ ਹੋ ਘਟਾਉਂਦੇ ਨੇ? ਵੇਚੀ ਕੋਨੇ, ਇਹ ਨਵੀਂ ਪਾ ਲੈਂਦੇ? ਹਾਂਜੀ। ਮਾਸ਼ਾਅੱਲਾ। ਅਤੇ ਇਹਨਾਂ 4 ਸਾਲਾਂ 'ਚ ਕਦੀ ਕੋਈ ਜਾਨਵਰ ਜ਼ਾਇਆ ਵੀ ਹੋਇਆ? ਨਹੀਂ ਜਨਾਬ, ਵੱਡਾ ਕੋਨੇ ਜ਼ਾਇਆ ਹੋਇਆ, ਬੱਚੇ ਹੋਏ ਨੇ। ਬੱਚੇ ਜ਼ਾਇਆ ਹੋਏ? ਹਾਂਜੀ। ਬੱਚੇ ਕਿਉਂ ਜ਼ਾਇਆ ਹੁੰਦੇ ਨੇ? ਬੱਚੇ ਪਾਸ ਘੱਟ ਵੱਧ ਹੋ ਜਾਂਦਾ, ਲਾਗ ਹੋ ਜਾਂਦੀ ਪਾਣੀ ਦੀ। ਅੱਛਾ। ਹਾਂਜੀ। ਪਾਣੀ ਦੀ ਲਾਗ ਕਿਉਂ ਹੁੰਦੀ ਇਹਨਾਂ ਨੂੰ? ਕਿਹੜਾ ਸਭ ਉਧਰੋਂ ਹੁੰਦਾ ਨੇ ਚੀਚਾ ਬਦਰੀ ਵੱਲੋਂ? ਅੱਛਾ। ਉਹ ਪਾਣੀ ਨਹੀਂ ਸਿਖਾਉਂਦਾ ਇੱਦਾਂ ਦਾ? ਤੇ ਵੱਡਿਆਂ ਨੂੰ ਸਿਖਾ ਜਾਂਦਾ? ਹਾਂਜੀ। ਕਿਤੇ ਦੁੱਧ ਛੱਡਣ ਦਾ ਮਸਲਾ ਤਾਂ ਨਹੀਂ? ਹੁਣ ਦੁੱਧ ਫਿਰ ਘੱਟ ਵੱਧ ਹੋ ਜਾਂਦਾ ਫਿਰ? ਨਹੀਂ, ਦੁੱਧ ਪੂਰਾ ਛੱਡਿਆ ਕਰੋ, ਛੋਟੇ ਜਾਨਵਰ ਬਚਾਇਆ ਕਰੋ, ਇਹ ਨੁਕਸਾਨ। ਅੱਛਾ ਸਰ, ਇਹ ਲਾਲਚ ਉਧਰ 100 ਦਾ ਵੀ ਹੋ ਜਾਂਦਾ ਨਾ? ਅੱਛਾ, ਦੁੱਧ ਦਾ ਲਾਲਚ ਹੁੰਦਾ? ਹਾਂਜੀ। ਚਲੋ, ਅੱਲਾਹ ਪਾਕ ਸਾਨੂੰ ਜ਼ਿਆਦਾ ਮੁਨਾਫਾ ਦੇਣ। ਤੁਸੀਂ ਇਹ ਦੱਸੋ ਕਿ ਤੁਹਾਡੇ ਜਾਨਵਰ ਤੁਹਾਨੂੰ ਅੱਜ ਕੱਲ੍ਹ ਕੀ ਬਚਤ ਦੇ ਰਹੇ ਨੇ ਮਹੀਨੇ ਦੀ? ਮਹੀਨੇ ਜਨਾਬ ਇੱਕ ਮੱਝ ਥੱਲੇ ਦੁੱਧ ਕੋਈ 10 ਕਿਲੋ ਹੋਵੇ ਇੱਕ ਟਾਈਮ ਦਾ? ਜੀ, ਇੱਕ ਟਾਈਮ ਦਾ। ਇੰਨੀ ਗਰਮੀ 'ਚ ਵੀ? ਠੀਕ ਹੈ। ਅਤੇ ਖਰਚਾ ਕਿੰਨਾ ਕਰਾਉਂਦੀ? ਖਰਚਾ ਹੋ ਜਾਂਦਾ ਕੋਈ ਵੰਡਾ ਕੋਈ 2 ਕਿਲੋ ਪਾਏ ਤਾਂ 200 ਰੁਪਇਆ। 200? ਬਾਕੀ? ਬਾਕੀ ਪੱਠੇ? ਪੱਠੇ ਕਿੰਨਾ ਖਰਚਾ ਕਰਾਉਂਦੇ ਨੇ? ਪੱਠੇ 100 ਦੇ ਪੱਠੇ ਲਾ ਲਓ, 300 ਹੋ ਗਿਆ। ਘਰ ਦੇ ਪੱਠੇ ਨੇ ਕਿਹੜੇ ਲੰਬ ਲੈਣੇ? 300 ਖਰਚਾ ਹੋ ਗਿਆ। ਹਾਂਜੀ। ਅਤੇ 100 ਦੀ ਕੋਈ ਮਜ਼ਦੂਰੀ ਵੀ ਲਾ ਲਈ? ਹਾਂਜੀ। 400 ਹੋ ਗਿਆ? ਜੀ ਜੀ। ਅਤੇ 1000 ਰੁਪਏ ਦਾ ਦੁੱਧ ਦੇ ਰਹੀ? ਹਾਂਜੀ। 600 ਰੁਪਇਆ ਬਚਾ ਬਚਤ ਕਰਾ ਰਹੀ ਤੁਹਾਨੂੰ? ਅਗਰ ਤੁਹਾਡੀਆਂ 16 ਡੰਗਰ ਦੁੱਧ ਦੇ ਰਹੇ ਤਾਂ 16 ਚ 96 ਸੌ ਤੁਹਾਨੂੰ ਰੋਜ਼ਾਨਾ ਬਚ ਰਿਹਾ? ਹਾਂਜੀ। ਮਾਸ਼ਾਅੱਲਾ। ਅੱਛਾ, ਤੁਸੀਂ ਗਾਂ ਵੀ ਰੱਖੀ ਹੈ? ਜੀ ਜੀ। ਗਾਂ ਥੋੜ੍ਹੀਆਂ ਰੱਖੀਆਂ ਨੇ, ਮੱਝਾਂ ਬਹੁਤੀਆਂ ਰੱਖੀਆਂ ਨੇ? ਦੁੱਧ ਹੀ ਨਹੀਂ ਦੁੱਧ ਚੁੱਕਦਾ ਗਾਂ ਦਾ। ਅੱਛਾ। ਹਾਂਜੀ। ਅਤੇ 1-2 ਦਾ ਚੁੱਕ ਲੈਂਦਾ? 1-2 ਦਾ ਚੁੱਕ ਲੈਂਦਾ। ਉਹ ਕਿਸ ਤਰ੍ਹਾਂ? ਔਰ ਲਾ ਕੇ ਜੀ। ਗਾਂ ਕਿੰਨਾ ਕੁ ਦੁੱਧ ਦਿੰਦੀ ਜੀ? ਗਾਂ ਦਿਹਾੜੀ ਉਰਲੀ ਜਿਹੜੀ ਗਾਂ ਉਹ 20 ਕਿਲੋ ਦੁੱਧ ਦਿਹਾੜੀ। ਪਹਿਲੀ ਦਿਹਾੜੀ 15 ਕਿਲੋ। ਅੱਛਾ। ਜਿਹੜੀ ਉਰਲੀ ਹੈ ਬਲੈਤੀ ਹੈ? ਹਾਂਜੀ। ਰੰਗ ਦੇ ਸਾਹੀਵਾਲ ਵਾਲਾ? ਹਾਂਜੀ ਹਾਂਜੀ, 2 ਕਿਲੀ। ਅੱਛਾ, 2 ਕਿਲੀ, ਜ਼ਬਰਦਸਤ। ਅੱਛਾ ਸਰ, ਇਹ ਦੱਸਿਆ ਜੀ ਕਿ ਅਗਰ ਕੋਈ ਬੰਦਾ ਨਵਾਂ ਕਾਰੋਬਾਰ 'ਚ ਐਸ ਆਉਣਾ ਚਾਹੁੰਦਾ ਹੈ, ਤੁਸੀਂ ਉਹਨੂੰ ਕੀ ਆਖੋਗੇ ਆਪਣੇ 4 ਸਾਲਾਂ ਤਜਰਬੇ ਦੀ ਬੁਨਿਆਦ 'ਤੇ, ਕਿਆ ਕੰਮ ਨਫਾ ਬਖਸ਼ੇ ਜਾਂ ਨੁਕਸਾਨ ਬਣਦਾ ਹੈ? ਇਹਦੇ ਜਨਾਬ ਨਫਾ ਹੈ, ਘਾਟਾ ਕੋਈ ਨਹੀਂ। ਘਾਟਾ ਕੋਈ ਨਹੀਂ? ਨਾ। ਅੱਖਾਂ ਬੰਦ ਕਰ, ਮਾਲਕ ਨੂੰ ਯਾਦ ਕਰਕੇ ਕੰਮ ਸ਼ੁਰੂ ਕਰ ਲਓ, ਬਿਸਮਿਲਾ ਪੜ੍ਹ ਕੇ। ਅੱਛਾ। ਅੱਖਾਂ ਬੰਦ ਕਰਕੇ ਬਿਸਮਿਲਾ ਪੜ੍ਹੋ, ਅੱਲਾਹ ਦਾ ਨਾਂ ਲਵੋ ਅਤੇ ਮਿਹਨਤ ਕਰੋ। ਹਾਂਜੀ, ਮਿਹਨਤ ਕਰੋ। ਠੀਕ, ਲੰਬੇ ਵੀ ਕਰਦੇ ਜਾਣਾ ਜਾ ਕੇ। ਹਾਂ, ਆਪਣੇ ਘਰ ਦੀ ਕਰ ਲਓ ਕਰ ਲਓ। ਦੇਖੋ ਨਾ, ਜਿੱਥੇ ਹੁਣ 20 ਜਾਨਵਰ ਸੰਭਾਲੇ, 96 ਸੌ ਬਚਤ ਹੁੰਦੀ ਹੈ ਨਾ? ਜੀ ਜੀ। ਅਤੇ ਚਲੋ, ਕੋਈ ਮਹੀਨੇ ਦਾ ਕੁਛ ਨਹੀਂ, ਤਾਂ 3 ਲੱਖ ਰੁਪਇਆ ਤਾਂ
ਜਾਨਵਰ ਜਿੰਨੇ ਮਰਜ਼ੀ ਬਣ ਲੋ ਨਹੀਂ ਬਜੇ ਨੇ ਪੰਜਾਬ ਵੀ ਆ ਜਾਂਦੇ ਨੇ ਪੰਜਾਬ ਵੀ ਆ ਜਾਂਦੇ ਖੁੱਲੇ ਹੁੰਦੇ ਖੁੱਲੇ ਹੁੰਦੇ ਹਾਂਜੀ ਲੇਕਿਨ ਉਹਨਾਂ ਪੱਠੇ ਵੀ ਤੇ ਖਾਣੇ ਨਾ ਪੱਠੇ ਪੇ ਖਾਣ ਖੁੱਲੇ ਫਿਰ ਉਹ ਆਪਣੀ ਮਰਜ਼ੀ ਨਾਲ ਜਿੱਥੋਂ ਮਰਜ਼ੀ ਪਕਾਉਣ ਅੱਛਾ ਅੰਦਰ ਵੀ ਖੁੱਲੀਆਂ ਬਾਹਰ ਵੀ ਖੁੱਲੀ ਆ ਠੀਕ ਚਾਚੂ ਜੀ ਇਹ ਦੱਸੋ ਕਿ ਇਹਨਾਂ ਮੱਝਾਂ ਦੇ ਵਿੱਚ ਕੋਈ ਝੋਟਾ ਵੀ ਰੱਖਿਆ ਹਾਂਜੀ ਝੋਟਾ ਵੀ ਆ ਇਹਨੀਆਂ ਮੱਝਾਂ ਦੇ ਵਿੱਚ ਇੱਕ ਝੋਟਾ ਕਾਫੀ ਹੈ ਜਾਂ ਦੋ ਹੋਣੇ ਚਾਹੀਦੇ ਕੋਈ ਝੋਟਾ ਕਾਫੀ ਆ ਠੀਕ ਹੈ ਮੱਝਾਂ ਦੇ ਵਿੱਚ ਝੋਟੇ ਦੀ ਕੀ ਅਹਿਮੀਅਤ ਹੈ ਭਲਾ ਇਹ ਦੱਸਿਓ ਜਰਾ ਮੱਝਾਂ ਜਨਾਬ ਸੋਨ ਵਾਲੀ ਬਣ ਜਾਂਦੀਆਂ ਨੇ ਠੀਕ ਹੈ ਹਾਂਜੀ ਅਗਰ ਨਾ ਹੋਏ ਤਾਂ ਫਿਰ ਕੀ ਮਸਾਇਲ ਹੈ ਜਾਣਾ ਨਹੀਂ ਪੈਂਦਾ ਫਿਰ ਡਾਕਟਰ ਨੂੰ ਸੱਦਣਾ ਪੈਂਦਾ ਠੀਕ ਹੈ ਟੀਕਾ ਲਗਵਾਉਣਾ ਪੈਂਦਾ ਜਾਂ ਕਿ ਮੱਝ ਕੱਟੇ ਕੋਲੋਂ ਲਾਈਓ ਹਾਂ ਠੀਕ ਹੈ ਮੱਝਾਂ ਜਿਹੜੀਆਂ ਫਰਾਲ ਹੋ ਜਾਂਦੀਆਂ ਨੇ ਉਹਦੀ ਕੀ ਵਜ੍ਹਾ ਬਣਦੀ ਹੈ ਉਹ ਡਾਕਟਰ ਕੋਲ ਹੁੰਦੇ ਜਨਾਬ ਇਲਾਜ ਹੋ ਜਾਂਦਾ ਵੇ ਝੋਟੇ ਕੋਲ ਲਵਾਈਆਂ ਫਿਰ ਘੱਟ ਫਰਾਲ ਹੁੰਦੀਆਂ ਹਾਂਜੀ ਠੀਕ ਹੈ ਅਤੇ ਮੱਝ ਨਵੀਂ ਕਰਵਾਉਣ ਤੋਂ ਬਾਅਦ ਕੀ ਮੱਝ ਨੂੰ ਦੇਣਾ ਚਾਹੀਦਾ ਤਾਂ ਕਿ ਉਹ ਸੂਣ ਵਾਲੀ ਨਿਕਲ ਜਨਾਬ ਦੇਸੀ ਤੇਲ ਦੇਵੋ ਸਰੋਂ ਦਾ ਬਣਦੇ ਸਾਰੀ ਹਾਂਜੀ ਮਹਿੰਦੇ ਦਾ ਇੱਕ ਪੈਕਟ ਪਾ ਲਓ ਤੇਲ ਦੇ ਵਿੱਚ ਹਾਂਜੀ ਠੀਕ ਹੈ ਅੱਲਾ ਦੀ ਮਿਹਰਬਾਨੀ ਨਾਲ ਕਿਸ ਟਾਈਮ ਦੇਣਾ ਔਰ ਕਿੰਨੀ ਦਿਨ ਦੇਣਾ ਜਦੋਂ ਸੌਰ ਜਾਏ ਇੱਕ ਵਾਰੀ ਦੇਖ ਲਓ ਇੱਕ ਵਾਰੀ ਦੇਖ ਲਓ ਹਾਂਜੀ ਅਤੇ ਕਿੰਨੀ ਕੁ ਮਿਕਦਾਰ ਕਪਾਈਆ ਤੇਲ ਬੜਾ ਅਤੇ ਮਹਿੰਦੀ ਮਹਿੰਦੀ ਇੱਕ ਪੈਕਟ ਪੈਕਟ ਕਿੰਨਾ ਹੁੰਦਾ ਅੱਧ ਪਾਉਣਾ ਅੱਧ ਪਾਉਣਾ ਅੱਧ ਪਾਉਣਾ ਮੈਂ ਘੱਟ ਹੋਣਾ ਬੜਾ ਹੁੰਦਾ ਹਾਂਜੀ ਬੜਾ ਜਾਂਦਾ ਤੇ ਜਦੋਂ ਮੱਝ ਫਰਜ਼ ਕਰੋ ਤੇ ਬਣ ਗਈ ਹੈ ਹਾਂਜੀ ਤੇ ਉਹਦੀ ਫਿਰ ਅਗੂੰਗੀ ਹੱਤਾਦਾਰੀ ਕਰਨੀ ਸੌਣ ਤੱਕ ਉਹਨੂੰ ਕੋਈ ਵੰਡਾ ਛਿੰਡਾ ਪਾਣਾ ਹੈ ਨਹੀਂ ਵੰਡਾ ਛਿੰਡਾ ਕੋਈ ਦੱਸ ਦੇ ਉਹਨੂੰ ਨਾ ਪਾਓ ਅੱਛਾ ਬਾਅਦ 'ਚ ਪਾਉਣਾ ਮੈਂ ਬਾਅਦ 'ਚ ਕਿੰਨਾ ਬਾਅਦ 'ਚ ਆਪਣੀ ਜਿੰਨੀ ਹਿੰਮਤ ਸੇਵਾ ਕਰੋ ਉਹਦੀ ਸੌਣ ਤੋਂ ਪਹਿਲੇ 2 ਮਹੀਨੇ ਦੀ ਤਿਆਰੀ ਸੌਣ ਤੋਂ ਪਹਿਲਾਂ ਦੇਸੀ ਘਿਓ ਦੇਵੋ ਉਹਨੂੰ ਕਿੰਨਾ ਤੇਲ ਚਲ ਦੇਵੋ ਗਰਮੀ ਸ਼ਰਮੀ ਤੇਲ ਚਲ ਦੇਵੋ ਦੇਸੀ ਉਹਨੂੰ ਇੱਕ ਮੱਝ ਨੂੰ ਕਮ ਸੇ ਕਮ 4-5 ਕਿਲੋ ਤੇਲ ਦੇ ਦੇਵੋ ਅੱਛਾ ਹਾਂਜੀ ਤੇ ਜਦੋਂ ਸੂਪ ਆਉਂਦੀ ਫਿਰ ਉਹਦਾ ਕੀ ਕਰਨਾ ਫਿਰ ਉਹਦਾ ਉਹਨੂੰ 10 ਦਿਨ ਫਿਰ ਵੰਡਾ ਨਹੀਂ ਪਾਉਣਾ ਅੱਛਾ 11ਵੇਂ ਦਿਨ ਵੰਡਣਾ ਸ਼ੁਰੂ ਕਰਨਾ 11ਵੇਂ ਦਿਨ ਜੀ ਤੇ ਉਸ ਤੋਂ ਪਹਿਲੇ 10 ਦਿਨ ਉਹਨੂੰ ਕੀ ਪਾਣਾ ਕਿਸ ਤਰ੍ਹਾਂ ਦੀ ਖੁਰਾਕ ਪਾਣੀ ਪੱਠੇ ਪਾਣੇ ਉਹਨਾਂ ਨੂੰ ਪੱਠੇ ਹਾਂਜੀ ਜਿਸ ਬੱਲੇ ਪੱਠੇ ਲੱਭਣ ਅੱਛਾ ਹਰੇ ਅੱਛਾ ਉਹ ਪਾ ਲੈਣੇ ਤੇ ਘਾਹ ਪਾ 4 ਦਿਨ ਪਾ ਲਓ ਆਟਾ ਚੰਗੀਆਂ ਸਟਾਣ ਵਾਸਤੇ ਕੀ ਕਰਨਾ ਪਾ ਵੰਡਾ ਹੀ ਪਾਣਾ ਆਟਾ ਨਾਲ ਵੰਡਾ ਥੋੜੀ ਆਟਾ 15 ਦਿਨਾਂ ਬਾਅਦ ਵੱਡਾ ਆਟਾ ਸੁੱਟ ਦੇਣਾ ਆਪੇ ਹੀ ਹਾਂਜੀ ਕੋਈ ਗਲਕਾਂਦ ਹਾ ਲਿਓ ਕੋਈ ਗਲਕਾਂਦ ਹਾ ਲਿਓ ਤਾਂ ਦੇ ਦੀ ਜੇ ਦਿਓਰ ਨਾਲ ਸੁੱਟੇ ਤਾਂ ਅੱਛਾ ਹਾਂਜੀ ਤੇ ਫੇਰ ਤੇ ਜੇ ਜੋਰ ਫਟਾਫਟ ਸਟਾਣੀ ਹੋਵੇ ਤਾਂ ਫੇਰ ਕੀ ਕਰੀਦਾ ਉਹਨੂੰ ਜਨਾਬ ਟੀਕਾ ਲਾ ਲਵਾ ਮੱਝਾਂ ਦਾ ਜਿਹੜਾ ਦੁੱਧ ਦੋ ਚੋਣ ਵਾਲਾ ਹਾਂ ਦੁੱਧ ਚੋਣ ਵਾਲਾ ਜਿਹੜਾ ਦੋ ਚੋਣ ਵਾਲਾ ਟੀਕੇ ਨਾਲ ਜੋਰ ਸੁੱਟ ਛੱਡ ਦੇਣਾ ਹਾਂਜੀ ਜਦੋਂ ਮੱਝ ਸੁਪਾ ਹੀ ਨਹੀਂ ਨਾ ਉਦੋਂ ਟੀਕਾ ਲਾ ਲੋ ਅੱਛਾ ਉਹ ਠੀਕ 5 ਮਿੰਟਾਂ ਬਾਅਦ ਜੋਰ ਸੁੱਟ ਜੜੇਗਾ ਅੱਛਾ ਹਾਂਜੀ ਤੇ ਜੇ ਪਿੱਛਾ ਕੱਢੇ ਮੱਝ ਦੇ ਫੇਰ ਪਿੱਛਾ ਕੱਢੇ ਤਾਂ ਉਹਨੂੰ ਜਨਾਬ ਉਹ ਖਸਟੈਲ ਨਹੀਂ ਕੋਲੇਸਟ੍ਰੋਲ ਖਸਟੈਲ ਖਸਟੈਲ ਜਿਹੜਾ ਬੱਚਿਆਂ ਨੂੰ ਦੇਦਾ ਖਸਟੈਲ ਵਾਸਤੇ ਕੈਸਟਰ ਆਇਲ ਉਹ ਦੇਵੋ ਕਿੰਨਾ ਕੁ ਉਹਨੇ ਪਾਇਆ ਦੇ ਦੋ ਕਿਸ ਤਰ੍ਹਾਂ ਦੇਣਾ ਕਿਸ ਟਾਈਮ ਨਾਲ ਪਾ ਕੇ ਨਾਲ ਚ ਪਾ ਕੇ ਇੱਕ ਦਫਾ ਹੀ ਬਸ ਇੱਕ ਦਫਾ ਹੀ ਪਾ ਠੀਕ ਹੋਈਦਾ ਖੁੱਲਾ ਕਰ ਰੱਖ ਲਓ ਖੁੱਲਾ ਹਾਂ ਜੇ ਦੇਣਾ ਪਿਆ ਤਾਂ ਠੀਕ ਨਾ ਦੇਣਾ ਪਿਆ ਤਾਂ ਕੋਈ ਗੱਲ ਨਹੀਂ ਅੱਛਾ ਜੀ ਠੀਕ ਹੈ ਇਸ ਤੋਂ ਇਲਾਵਾ ਹੋਰ ਕਿਹੜੀ ਬਿਮਾਰੀਆਂ ਲੱਗਦੀਆਂ ਬੱਚਾ ਕਾਮਨ ਇਸ ਤੋਂ ਇਲਾਵਾ ਜਨਾਬ ਇਹਨੂੰ ਪਿਆਜ ਦੇਵੋ 12 ਮਹੀਨੇ ਕਿੰਨਾ ਕੁ ਕਿਸ ਟਾਈਮ ਪਿਆਜ ਜਿੰਨਾ ਵੀ ਦੇ ਲਓ ਥੋੜ੍ਹਾ ਕਿਲੋ ਵੀ ਦੇ ਪਿਆਜ ਕੋਈ ਨਹੀਂ ਆਉਂਦਾ ਇਹਨੂੰ ਅੱਛਾ 12 ਮਹੀਨੇ ਦੇਵੋ ਕੋਈ ਚੰਦਰੀ ਨਹੀਂ ਲਾਗੇ ਲੱਗੇਗੀ ਕੋਈ ਯਾਰ ਬਾਦ ਨਹੀਂ ਹੋਏਗਾ ਕੱਲਾ ਪਿਆਜ ਜਾਂ ਕੁਛ ਹੋਰ ਖਾਲੀ ਪਿਆਜ ਹੀ ਖਾਲੀ ਪਿਆਜ ਹਾਂਜੀ ਖਾਲੀ ਪਿਆਜ ਨਾਲ ਸਾਰੇ ਮਸਲੇ ਸੈੱਟ ਹੋ ਜਾਂਦੇ ਨੇ ਹਾਂਜੀ ਠੀਕ ਹੈ ਤੇ ਉਹ ਕੁਤਰ ਕੇ ਦੇਣੇ ਨੇ ਜਾਂ ਜੀ ਮੂੰਹ 'ਚ ਸਾਫ਼ ਤੇ ਲਾਹੜ ਨੇ ਨਹੀਂ ਉਹ ਕੁਤਰ ਕੇ ਦੋ ਟੋਟੇ ਕਰ ਲਓ ਹਾਂ ਦੋ ਟੋਟੇ ਕਰਕੇ ਉਹਦੇ ਮੂੰਹ 'ਚ ਨਗਾ ਦਿਓ ਜੇ ਉਹ ਆਪ ਹੀ ਖਾ ਲੈਂਦੇ ਡੰਗਰ ਕਈ ਅੱਛਾ ਕੱਟਣੇ ਦੀ ਜ਼ਰੂਰਤ ਨਹੀਂ ਛੋਟਾ ਛੋਟਾ ਹਾਂਜੀ ਜੇ ਛੋਟਾ ਤਾਂ ਉਹਨੂੰ ਕੋਈ ਲੋੜ ਨਹੀਂ ਕੱਟਣ ਦੀ ਵੱਡਾ ਪਿਆਜ ਕੱਟ ਲੈਣਾ ਅੱਧਾ ਬਸ 2 ਪੀਸ ਦੋ ਪੀਸ ਉਹ ਗਲੇ 'ਚ ਨਹੀਂ ਫਸਦਾ ਨਹੀਂ ਫਸਦਾ ਬੜੀ ਗੱਲ ਹੈ ਅਤੇ ਇਸ ਤੋਂ ਇਲਾਵਾ ਹੋਰ ਕਿਹੜੀ ਆਈਟਮ ਪਿਆਜ਼ ਤਰ੍ਹਾਂ ਦੀ ਜਿਹੜਾ ਬੜਾ ਫਾਇਦੇਮੰਦ ਪਿਆਜ਼ ਤੋਂ ਵੱਧ ਕੋਈ ਨਹੀਂ ਜਨਾਬ ਅੱਛਾ ਉਹ ਤਾਂ ਜ਼ੁਲਮ ਹੀ ਜ਼ਿਆਦਾ ਹੀ ਕਰਨੀ ਹੈ ਡੰਗਰ ਨਾਲ ਕਰ ਲਓ ਜਿੰਨੀ ਮਰਜ਼ੀ ਗਰਮ ਸ਼ਾਹ ਦੇ ਮਸਲਨ ਕਿਹੜੀ ਗਰਮ ਸ਼ਾਹ ਜਾਤੀ ਹੈ ਆ ਮੋਟੀਆਂ ਲਾਚੀਆਂ ਜੋ ਦੁਨੀਆ ਦਿੰਦੀ ਹੈ ਦੁੱਧ ਵਧਾਉਣ ਵਾਸਤੇ ਹਾਲਮ ਦਿੰਦੀ ਹੈ ਉਹ ਮਸਾਲੇ ਕਾਹਵੇ ਬਣਾ ਕੇ ਦਿੰਦੇ ਕਿੱਕਰਾਂ ਦੇ ਉਹ ਦੁੱਧ ਵਧੇ ਇੱਥੇ ਉਹਨੂੰ ਦੁੱਧ ਸਹੀ ਦੇ ਜਾਣਾ ਜਦੋਂ ਲੰਬੇ ਵੇਚਣੀ ਉਦੋਂ ਜਾ ਦੁੱਧ ਨਹੀਂ ਹੁੰਦਾ ਅੱਛਾ 2-3 ਦਿਨ ਦੁੱਧ ਦੇਗੀ 2-2.5 ਕਿਲੋ ਤਾਂ ਜਾਏਗੀ ਉਹ ਆਰਜ਼ੀ ਆਰਜ਼ੀ ਤੌਰ ਤੇ ਉਹਦਾ ਡੰਗਰ ਨੁਕਸਾਨ ਹੈ ਕੋਈ ਹਾਂਜੀ ਤੁਸੀਂ ਜਾਨਵਰ ਨੂੰ ਵੰਡਾ ਕਿਹੜਾ ਪਾਉਂਦੇ ਜੀ ਵੰਡਾ ਇੱਥੇ ਸਿੰਗਣੀ ਵੰਡਾ ਪਾਉਂਦੇ ਜੀ ਸਿੰਗਣੀ ਹਾਂਜੀ ਲੋਕ ਆਉਂਦੇ ਨੇ ਮੱਝਾਂ ਨੂੰ ਗਰਮ ਲੱਗਦਾ ਕੋਈ ਨਹੀਂ ਲੱਗਦਾ ਆਉਂਦੇ ਨੇ ਇਹਦੇ ਨਾਲ ਮੱਝਾਂ ਹੀਟ 'ਚ ਨਹੀਂ ਸਹੀ ਆਉਂਦੀਆਂ ਉਹਨਾਂ ਦਾ ਸੂਣ ਦਾ ਨਿਜ਼ਾਮ ਹੀਟ ਸਿਸਟਮ ਮੁਤਾਸਰ ਹੋ ਜਾਂਦਾ ਖੁਸ਼ਕੀ ਨਾਲ ਹੁੰਦਾ ਜਨਾਬ ਜੋ ਕੋਈ ਹੁੰਦਾ ਤੇ ਤੁਹਾਡਾ ਤਜਰਬਾ ਕੀ ਕਹਿੰਦਾ ਹੈ ਖੁਸ਼ਕੀ ਨਾਲ ਨਹੀਂ ਤੁਹਾਡਾ ਤਜਰਬਾ ਕਹਿੰਦਾ ਕਿ ਸਿੰਗਣੀ ਵੰਡੇ ਦਾ ਕੋਈ ਨੁਕਸਾਨ ਨਹੀਂ ਕੋਈ ਨਹੀਂ ਅੱਛਾ ਬਿਲਕੁਲ ਕੋਈ ਨਹੀਂ ਅੱਛਾ ਚਾਚੂ ਜੀ ਮੱਝ ਜੀ ਸੁਣਦੀ ਹੈ ਉਹਦਾ ਜਿਹੜਾ ਕੱਟਾ ਹੈ ਉਹਨੂੰ ਬੋਲੀ ਜਿਹੜੀ ਹੈ ਜਾਂ ਬੋਲਾ ਜਿਹੜਾ ਉਹ ਕਿੰਨਾ ਕੁ ਪਿਆਉਣਾ ਚਾਹੀਦਾ ਜਿੰਨਾ ਪੀ ਸਕਦਾ
ਰਜਾ ਆ ਕੇ ਬੁਲਾਣਾ ਚਾਹੀਦਾ ਕਈ ਲੋਕ ਵਕਤ ਪੀ ਸਕੇ ਕਈ ਲੋਕ ਕਹਿੰਦੇ ਨੇ ਕਿ ਵੱਧ ਬੁਲਾਈਏ ਤੋ ਨਹੀਂ ਚੰਗਾ ਉਹਨੇ ਲੱਗਦਾ ਤੇ ਤੁਸੀਂ ਜਿਹੜਾ ਤੁਹਾਨੂੰ ਦੁੱਧ ਪੀ ਲੈਣਾ ਨਾ ਹਾਂਜੀ ਉਹ ਉਹਦਾ ਫਾਇਦਾ ਹੈ ਮਾਮਾ ਦੇ ਸਹੀ ਹੋ ਬਾਅਦ ਚ ਉਹਨੂੰ ਘਟਾਓਗੇ ਜਾਂ ਵਧਾਓਗੇ ਉਹ ਨਹੀਂ ਸਹੀ ਰਹੇਗਾ ਠੀਕ ਹੈ ਡੰਗਰਾਂ ਨੂੰ ਮੂੰਹ ਖੁਰ ਜਿਹੜਾ ਇਹ ਕਦੀ ਤੁਹਾਡੇ ਡੰਗਰਾਂ ਨੂੰ ਹੋਇਆ ਕਿ ਨਹੀਂ ਮਾਸ਼ਾਅੱਲਾ ਨਹੀਂ ਹੋਇਆ ਅਗਰ ਜੇ ਹੋਈਏ ਤੇ ਤਾਂ ਕੀ ਹੱਲ ਕਰਨਾ ਚਾਹੀਦਾ ਠੀਕ ਹੈ ਠੀਕ ਹੈ ਯਾਰ ਠੀਕ ਹੈ ਹਾਂਜੀ ਕੋ ਚੰਦਰੀ ਚੰਦੀ ਕੋ ਦਮ ਸ਼ਾਮ ਆਵੇ ਠੀਕ ਹੈ ਉਸ ਤੋਂ ਇਲਾਵਾ ਜਿਹੜੇ ਤੁਹਾਡੇ ਜਾ ਮਰੇ ਨੇ ਇਹ ਸਰਦੀ ਦੀ ਵਜ੍ਹਾ ਤੋਂ ਮਰੇ ਨੇ ਜਾਂ ਹੋਰ ਕੋਈ ਵਜ੍ਹਾ ਬਣੀ ਹੈ ਇਹ ਬਾਦੇ ਨਾਲ ਪਾਣੀ ਲੱਗ ਹੋਈ ਹੈ ਪਾਣੀ ਲੱਗ ਪਿੱਛੋਂ ਆਉਂਦਿਆ ਸਾਰੀ ਮਾਰ ਗਏ ਪਿੱਛੋਂ ਆਉਂਦਿਆ ਸਾਰੀ ਬਿਮਾਰ ਹੋ ਗਏ ਠੀਕ ਹੋ ਯਾਨੀ ਇੱਥੇ ਆ ਕੇ ਉਹਨਾਂ ਆਪਣਾ ਆਪ ਨਹੀਂ ਫੜਿਆ ਹਾਂਜੀ ਠੀਕ ਹੈ ਅੱਛਾ ਹੁਣ ਇਹ ਦੱਸੋ ਕਿ ਮੱਝਾਂ ਜਿਹੜੀਆਂ ਨੇ ਇਹਨਾਂ ਨੂੰ ਗਿੱਦਾਂ ਜਾਂ ਅਥਰੂ ਜਿਹੇ ਆਉਂਦੇ ਨੇ ਇਹਦੀ ਕੀ ਵਜ੍ਹਾ ਬਣਦੀ ਹੈ ਇਹ ਖੁਸ਼ਕੀ ਦੀ ਗੱਲ ਬਾਜੀ ਇਹਦਾ ਕੀ ਹੱਲ ਕਰਨਾ ਖੁਸ਼ਕੀ ਗਰਮੀ ਤੇਲ ਦੇਣਾ ਚਾਹੀਦਾ ਤੇਲ ਦੇਣਾ ਚਾਹੀਦਾ ਠੀਕ ਹੈ ਇਹਨਾਂ ਸਿੰਗਾਂ ਨੂੰ ਤੇਲ ਲਾਓ ਥਣ ਨਾ ਫਟਣਗੇ ਸੰਗਾ ਦਾ ਤੇ ਥਣਾ ਨਾ ਲਿੰਕ ਬਣ ਜਾਏ ਬੜੀ ਗੱਲ ਹੈ ਆ ਤੂੰ ਇਸ ਨੂੰ ਤੇਲ ਚਾਸ ਦਿਓ ਤੁਹਾਡੇ ਪੂਰੇ ਵਜੂਦ ਤੇ ਤੇਲ ਜਾਏਗਾ ਹਾਂਜੀ ਗੱਲ ਠੰਡ ਪੈ ਗਈ ਹਾਂਜੀ ਗੱਲ ਠੰਡ ਪੈ ਜਾਂਦੀ ਸਾਰੇ ਇਹਦਾ ਮਤਲਬ ਸਿੰਗਾਂ ਨੂੰ ਤੇਲ ਲਾਉਂਦਿਆਂ ਰਹਿਣਾ ਚਾਹੀਦਾ ਜ਼ਿੰਦਾਬਾਦ ਅੱਛਾ ਉਸ ਤੋਂ ਇਲਾਵਾ ਥਾਣੇ ਜਿਹੜੇ ਨੇ ਇਹ ਖਰਾਬ ਹੋਈ ਜਾਣ ਜਾਂ ਇਹਨਾਂ ਨੂੰ ਸਾੜੂ ਹੋਈ ਹੈ ਜ਼ਖਮ ਹੋ ਜਾਏ ਸਾੜੂ ਹੋਈ ਹੈ ਤੇ ਫਿਰ ਕੀ ਕਰਨਾ ਚਾਹੀਦਾ ਰੇਸ਼ਨ ਹੁੰਦਾ ਰੇਸ਼ਨ ਹੁੰਦਾ ਰੇਸ਼ਨ ਤੋਂ ਬਗੈਰ ਕੋਈ ਹੱਲ ਰੇਸ਼ਨ ਤੋਂ ਬਗੈਰ ਕੋਈ ਹੱਲ ਨਹੀਂ ਮਾਲ ਕੋਲ ਹੀ ਹੱਲ ਹੈ ਫਿਰ ਆਵੇ ਹੋਰ ਮਾਲ ਕੋਲ ਕੋਈ ਦੇਸੀ ਦਵਾ ਨਹੀਂ ਹੈ ਦੇਸੀ ਦਵਾ ਕੋਲ ਨਹੀਂ ਡਾਕਟਰ ਪੇਸ਼ੈਂਟ ਕਰਦੇ ਹਾਂਜੀ ਕੀ ਆਪੇ ਕਰ ਲੈਂਦੇ ਨਹੀਂ ਆਪੇ ਬੰਦਾ ਕਰ ਲੈਂਦਾ ਕਈ ਡਾਕਟਰ ਵੀ ਹੈ ਤੁਸੀਂ ਆਪੇ ਕਰ ਉਹ ਤਾਂ ਖਰਾਬ ਹੋ ਜਾਂਦਾ ਤੁਹਾਡੀਆਂ ਕੁਛ ਮੱਝਾਂ ਨੂੰ ਮੈਂ ਵੇਖਿਆ ਕਿ ਗਿਲਟੀਆਂ ਵੀ ਹੋਈਆਂ ਨੇ ਉਹਦੀ ਕੀ ਵਜ੍ਹਾ ਹੈ ਉਹ ਢਿੱਡੋਂ ਬਿਮਾਰੀ ਹੁੰਦੀ ਹੈ ਢਿੱਡੋਂ ਬਿਮਾਰੀ ਹੁੰਦੀ ਹੈ ਤੂੰ ਹਾਂ ਕੋਈ ਹੱਲ ਕੋਈ ਸ਼ਾਨ ਨਹੀਂ ਦਿੱਤੀ ਅੱਛਾ ਅੱਲਾ ਸੁਪਰ ਆਪਣੇ ਆਪ ਹੀ ਠੀਕ ਹੋਣ ਦਿਆ ਠੀਕ ਹੈ ਹਾਂ ਕੋਈ ਸ਼ਾਨ ਨਹੀਂ ਦਿੱਤੀ ਖਾਸ ਗੱਲ ਜਿਹੜੀ ਅਸੀਂ ਨਹੀਂ ਪੁੱਛੀ ਖਾਸ ਗੱਲ ਜਨਾਬ ਇਸ ਤੋਂ ਵੱਧ ਗੱਲ ਹੀ ਕੋਈ ਨਹੀਂ ਸਵਾਬ ਪਿਆਜ ਤੋਂ ਸ਼ੁਰੂ ਤੋਂ ਚੱਲਦਾ ਆ ਪਿਆਜ ਹੁਣ ਤਾਂ ਅਸੀਂ ਦਿੰਦੇ ਹਾਂ ਮਸਾਲੇ ਗਰਮ ਜਿਹੜੇ ਘੋੜਿਆਂ ਨੂੰ ਮਸਾਲੇ ਦਿੰਦੇ ਹੋ ਮੱਝਾਂ ਨੂੰ ਅਸੀਂ ਦਿੰਦੇ ਹਾਂ ਪਿਆਜ ਤੋਂ ਇਲਾਵਾ ਗੱਲ ਕੋਈ ਨਹੀਂ ਡਾਢ ਦਾਦਰ ਮਿਰਚਾਂ ਦੇ ਪਾਉਣ ਦਾਦਰ ਮਿਰਚਾਂ ਤੇਲ 'ਚ ਪਾ ਕੇ ਸੋਇ ਪੈ ਜਾਂਦੀ ਸਾਨੂੰ ਭਰੂਣ 'ਚ ਪੈ ਜਾਂਦੀ ਹੈ ਉਹਨੂੰ ਦਾਦਰ ਮਿਰਚਾਂ ਦੇ ਤੇਲ 'ਚ ਪਾ ਕੇ ਤੇਲ 'ਚ ਪਾ ਕੇ ਦੇਣੀ ਉਈ ਦੇ ਦਿਓ ਤੇਲ 'ਚ ਪਾ ਕੇ ਦੇਣੀ ਦਿਓ ਕਾੜ ਕੇ ਦੇ ਦਿਓ ਅੱਛਾ ਕੁਛ ਮੱਝਾਂ ਦੀਆਂ ਪੁਛਲਾਂ ਜਿਹੜੀਆਂ ਨਾ ਕੀੜੀ ਲੱਗ ਜਾਂਦੀ ਲੱਗ ਜਾਂਦੀ ਹੈ ਇਹਦੀ ਕੀ ਵਜ੍ਹਾ ਬਣਦੀ ਹੈ ਕੀ ਹੱਲ ਕਰਨਾ ਉਹਨੂੰ ਝੱਗ ਲਾਓ ਕਿਹੜੀ ਝੱਗ ਦੁੱਧ ਦੀ ਦੁੱਧ ਦੀ ਝੱਗ ਉਹਦਾ ਠੀਕ ਹੋਈ ਹੈਗੀ ਹਾਂਜੀ ਜੋ ਸੁੱਕੀ ਨਹੀਂ ਨਾ ਭਰੀ ਹੈ ਫਿਰ ਉਹਨੂੰ ਦੁੱਧ ਝੱਗ ਲਾਓ ਆਪਣੇ ਦੁੱਧ ਦੀ ਕਿ ਕਿਸੇ ਹੋਰ ਮਾਈ ਦੀ ਵੀ ਲਾ ਲਓ ਕਿਸੇ ਮਾਈ ਦੀ ਦੁੱਧ ਲਾਓ ਬਸ ਝੱਗ ਲਾਣੀ ਹੈ ਕੁਛ ਕਿੰਨਿਆਂ ਦਿਨਾਂ ਬਾਅਦ ਠੀਕ ਹੋਈ ਹੈਗੀ ਉਹ ਆਸਾ ਤਾਂ ਠੀਕ ਹੋ ਜਾਏਗੀ ਯਾਨੀ ਡੇਲੀ ਲਾਉਂਦੇ ਰਹੋ ਝੱਗ ਡੇਲੀ ਲਾਉਂਦੇ ਰਹੋ ਠੀਕ ਹੈ ਮਾਸ਼ਾ ਅੱਛਾ ਕੋਈ ਬੰਦਾ ਅਗਰ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਕੋਈ ਫੋਨ ਨੰਬਰ ਤੇ ਦੱਸ ਦਿਓ ਆਵੇ ਭਾਈ ਜਾਨ ਦਾ ਨੰਬਰ ਹੈ 0308-7098-6877 ਦੋਸਤੋ ਚੈਨਲ ਕੋ ਸਬਸਕ੍ਰਾਈਬ ਕਰੇ ਬੈਲ ਆਈਕਨ ਦਬਾ ਦੇ ਵੀਡੀਓ ਕੋ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ